ਗੰਡੋਇਆਂ ਦੀ ਖਾਦ, ਜਿਵੇਂ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਸਬਜ਼ੀਆਂ ਦੀ ਰਹਿੰਦ ਖੂੰਹਦ, ਜੀ ਬੈਕਟੀਰੀਆ, ਉੱਲੀ ਆਦਿ ਨੂੰ ਖਾਂਦੇ ਨੇ ਔਰ ਉਹਨੂੰ ਖਾ ਕੇ ਆਪਣਾ ਭੋਜਨ ਬਣਾਉਂਦੇ ਆ। ਇਹ ਜਿਹੜੀ ਸਾਰੀ ਪ੍ਰਕਿਰਿਆ ਇਹ ਵਰਮੀ ਕੰਪੋਸਟਿੰਗ ਕਹਿਲਾਉਂਦੀ ਹੈ, ਔਰ ਜਿਹੜੀ ਖਾਦ ਬਣਦੀ ਹੈ ਇਹਨਾਂ ਤੋਂ ਉਹਨੂੰ ਅਸੀਂ ਗੰਡੋਆ ਖਾਦ ਕਹਿੰਦੇ ਹਾਂ। ਪਰ ਜੇ ਕੰਪੋਜੀਸ਼ਨ ਦੀ ਗੱਲ ਕਰੀਏ ਵੀ ਉਹਦਾ ਨਾਈਟ੍ਰੋਜਨ, ਫਾਸਫੋਰਸ, ਉਹ ਆਪਾਂ ਕਿਹੜੇ ਜ਼ਰੂਰੀ ਤੱਤ ਨੇ ਜਿਹੜੇ ਇਹਦੇ ਤੋਂ ਮਿਲ ਸਕਦੇ ਆ? ਇੱਕ ਨਾਈਟ੍ਰੋਜਨ, ਨਾਈਟ੍ਰੋਜਨ ਹੈ, ਫੋਸਫੋਰਸ ਹੈ, ਪੋਟਾਸ਼ੀਅਮ ਹੈ, ਉਸ ਤੋਂ ਇਲਾਵਾ ਜਿਹੜੇ ਛੋਟੇ ਤੱਤ ਹੈ ਜਿਵੇਂ ਕਿ ਆਇਰਨ, ਮੈਂਗਨੀਜ਼, ਕਾਪਰ, ਜ਼ਿੰਕ, ਇਹ ਜਿਹੜੇ ਸਾਰੇ ਤੱਤ ਹੈ ਇਹ ਇਹਨਾਂ ਦੇ ਵਿੱਚ ਪਾਏ ਜਾਂਦੇ ਆ। ਜੇਕਰ ਆਪਾਂ ਘਰੇਲੂ ਪੱਧਰ 'ਤੇ ਸ਼ੁਰੂ ਕਰਨਾ, ਟੱਬ ਦੇ ਵਿੱਚ ਆਪਾਂ ਗੋਬਰ ਪਾ ਕੇ ਉਹਦੇ ਵਿੱਚ ਗੰਡੋਏ ਛੱਡ ਦਈਏ ਤਾਂ ਉੱਦਾਂ ਵੀ ਤਿਆਰ ਹੋ ਜਾਂਦੀ ਹੈ।